वाहेगुरु जी का खालसा वाहेगुरु जी की फतेह। स्वागत है तुहाडा ब्रीफ पंजाब चैनल विच। दोस्तों साका नीला तारा श्री दरबार साहब अते श्री अकाल तख्त उपर होए हमले बारे तो तुसी सारे जानते ही हो, पर की तुहानू पता है कि साका नीला तारा तो पहला भी ऑपरेशन ब्लू स्टार वर्गा एक हमला श्री दरबार साहब उपर भारत आजाद होने तो बाद होया सी। अज तुहानू असी जुलाई 1955 विच होए श्री अकाल तख्त साहब अते श्री दरबार साहब उपर इस हमले बारे जानकारी देवांगे। सो दोस्तों सिख होने के नाते अते पंजाबी होने के नाते वीडियो नू पूरा सुनियो अते अगे शेयर जरूर कर दियो, क्योंकि हमला पंजाबी सूबे वास्ते लड़ रहे लोगों उत्ते होया सी। सो हुण वीडियो शुरू करते हाँ। दोस्तों पंजाब सूबे वास्ते पूरे पंजाब दे वसनीकां वल्लों 10 मई 1955 विच एक संघर्ष विढ़िया गया सी, जिस विच सैकड़े मासूम अते बेगुनाह लोकां दीआं जानां गईआं सन। हज़ारां जख्मी होए ते हज़ारां नूं कैद कर लिया गया सी। उस समय भाषा दे आधारित सूबिआं दी वंड कीती जा रही सी। श्री दरबार साहिब पंजाबी सूबे वास्ते जूझण वाले सूरमिआं दा केंद्र बन गया सी। ਇਹ ਮੋਰਚਾ ਭਾਰਤੀ ਨਹਿਰੂ ਸਰਕਾਰ ਅਤੇ ਪੰਜਾਬ ਦੀ ਭੀਮ ਸੈਨ ਸੱਚਰ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗਾ। ਇਸੇ ਲਈ ਉਸ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਦਾ ਨਾਰਾ ਲਾਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਤਾਂ ਜੋ ਸਿੱਖਾਂ ਅਤੇ ਪੰਜਾਬੀਆਂ ਨੂੰ ਦਬਾਇਆ ਜਾ ਸਕੇ। 4 ਜੁਲਾਈ 1955 ਨੂੰ ਦਰਬਾਰ ਸਾਹਿਬ ਉੱਪਰ ਹਮਲਾ ਕਰਵਾ ਕੇ ਨਹਿਰੂ ਨੇ ਸਿੱਖਾਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਕਰ ਦਿੱਤੀ ਸੀ, ਜਿਸ ਨੇ 1984 ਵਿੱਚ ਆ ਕੇ ਬਹੁਤ ਖਤਰਨਾਕ ਰੂਪ ਲੈ ਲਿਆ। ਦੀਵਾਨ ਹਾਲ ਮੰਜੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਚ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਦੇ ਨਹਿਰੂ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਭੀਮ ਸੈਨ ਸੱਚਰ ਦੀ ਸਰਕਾਰ ਨੂੰ ਕੰਬਲੀ ਛੇੜ ਦਿੱਤੀ। ਹਰ ਪਾਸੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਨਾਲ ਸਰਕਾਰ ਬੁਖਲਾ ਗਈ ਸੀ। ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਉੱਤੇ ਪਾਬੰਦੀ ਹਟਾਉਣ ਲਈ ਹਰ ਰੋਜ਼ ਨੌਜਵਾਨ ਬਜ਼ੁਰਗ ਬੀਬੀਆਂ ਬੱਚੇ ਸੈਂਕੜਿਆਂ ਦੀ ਗਿਣਤੀ ਵਿੱਚ ਗ੍ਰਿਫਤਾਰੀਆਂ ਦੇ ਰਹੇ ਸਨ। ਇਸ ਮੋਰਚੇ ਨੂੰ ਕੁਚਲਣ ਦੀ ਵਾਂਗਡੋਰ ਜਲੰਧਰ ਡਿਵੀਜ਼ਨ ਦੇ DIG ਅਸ਼ਵਨੀ ਕੁਮਾਰ ਨੂੰ ਸੌਂਪੀ ਗਈ। ਆਜ਼ਾਦੀ ਤੋਂ ਪਹਿਲਾਂ ਨਹਿਰੂ ਅਤੇ ਗਾਂਧੀ ਵਰਗੇ ਲੀਡਰਾਂ ਨੇ ਸਿੱਖਾਂ ਨਾਲ ਸਿੱਖ ਹੋਮਲੈਂਡ ਦੇਣ ਦਾ ਵਾਅਦਾ ਕੀਤਾ ਸੀ। ਇੱਕ ਵਾਅਦਾ ਇਹ ਵੀ ਕੀਤਾ ਗਿਆ ਸੀ ਕਿ ਸਿੱਖਾਂ ਨੂੰ ਵੱਖਰਾ ਖਿੱਤਾ ਦਿੱਤਾ ਜਾਵੇਗਾ। ਉਸ ਸਮੇਂ ਦੇ ਭੋਲੇ ਸਿੱਖ ਇਹਨਾਂ ਦੀਆਂ ਚਾਲਾਂ ਵਿੱਚ ਆ ਗਏ, ਪਰ ਆਜ਼ਾਦੀ ਤੋਂ ਬਾਅਦ ਸਾਰੇ ਵਾਅਦਿਆਂ ਤੋਂ ਹੀ ਉਹ ਮੁੱਕਰ ਗਏ। ਪੰਜਾਬ ਦੀ ਵੰਡ ਦੇ ਨਾਲ ਨਾਲ 20 ਲੱਖ ਤੋਂ ਵਧੇਰੇ ਪੰਜਾਬੀਆਂ ਦਾ ਕਤਲੇਆਮ ਹੋਇਆ, ਲੱਖਾਂ ਬੇਘਰ ਹੋ ਗਏ। ਸਿੱਖ ਲੀਡਰ ਉਦੋਂ ਤੱਕ ਹੱਕੇ ਬੱਕੇ ਰਹਿ ਗਏ ਜਦੋਂ 10 ਅਕਤੂਬਰ 1948 ਨੂੰ ਨਹਿਰੂ ਵਰਗਿਆਂ ਨੇ ਸਿੱਖਾਂ ਨੂੰ ਇੱਕ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਸੀ। ਇਸੇ ਕਰਕੇ ਹੀ ਸਿੱਖਾਂ ਅਤੇ ਪੰਜਾਬੀਆਂ ਨੂੰ ਆਪਣਾ ਵਜੂਦ ਬਚਾਉਣ ਲਈ ਵੱਡੇ ਅਤੇ ਛੋਟੇ ਮੋਰਚੇ ਲਾਉਣੇ ਪੈ ਰਹੇ ਸਨ। ਸਿੱਖਾਂ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ, ਜਿਵੇਂ ਪੰਜਾਬੀ ਬੋਲਦੇ ਇਲਾਕੇ ਖੋਣੇ, ਕਦੇ ਪੰਜਾਬੀ ਦੇ ਪਾਣੀਆਂ 'ਤੇ ਡਾਕਾ ਅਤੇ ਕਦੇ ਪੰਜਾਬੀ ਬੋਲੀ ਅਤੇ ਪੰਜਾਬੀ ਜਿੰਦਾਬਾਦ ਦੇ ਨਾਅਰੇ 'ਤੇ ਹੀ ਰੋਕ ਲਗਾ ਦੇਣੀ। ਇਸੇ ਕਰਕੇ ਹੀ ਇਹ ਮੋਰਚਾ ਲਗਾਇਆ ਜਾ ਰਿਹਾ ਸੀ, ਜਿਸ ਵਿੱਚ 3 ਅਤੇ 4 ਜੁਲਾਈ ਦੀ ਰਾਤ ਨੂੰ ਫੌਜ ਅਤੇ ਪੁਲਿਸ ਨੇ ਦਰਬਾਰ ਸਾਹਿਬ ਨੂੰ 4 ਸਵੇਰਿਓਂ ਘੇਰਾ ਪਾ ਲਿਆ ਅਤੇ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਸੰਧ ਲਾ ਕੇ ਬੂਟਾ ਸਣੇ ਫੌਜ ਨੂੰ ਪਰਿਕਰਮਾ ਵਿੱਚ ਭੇਜਿਆ ਗਿਆ। ਉਸ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਦਾਰ ਅੱਛਰ ਸਿੰਘ ਅਤੇ ਹੋਰ ਮੁੱਖ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਰਬਾਰ ਸਾਹਿਬ ਅੰਦਰ ਚੱਲ ਰਹੇ ਕੀਰਤਨ ਅਤੇ ਅਖੰਡ ਪਾਠ ਸਾਹਿਬ ਨੂੰ ਵਿੱਚੇ ਹੀ ਬੰਦ ਕਰਵਾ ਦਿੱਤਾ ਗਿਆ ਸੀ। 4 ਜੁਲਾਈ ਨੂੰ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਸਾਰੀ ਫੋਰਸ ਵੱਲੋਂ ਦਰਬਾਰ ਸਾਹਿਬ ਅੰਦਰ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ 4 ਸਵੇਰਿਓਂ ਘੇਰਾ ਪਾ ਲਿਆ ਗਿਆ, ਜਿਨ੍ਹਾਂ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਸਨ। ਕਿਸੇ ਨੂੰ ਵੀ ਬਾਹਰ ਨਹੀਂ ਨਿਕਲ ਦਿੱਤਾ ਗਿਆ। ਉਹਨਾਂ ਦੇ ਅੰਦਰ ਜਾਣ ਵਾਲਾ ਲੰਗਰ ਪਾਣੀ ਅਤੇ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੀ ਦੇਗ ਵੀ ਬਾਹਰ ਹੀ ਬੰਦ ਕਰਵਾ ਦਿੱਤੀ ਗਈ। ਦਰਬਾਰ ਸਾਹਿਬ ਦੇ ਨਾਲ ਲੱਗਦੇ ਘਰਾਂ ਦੀਆਂ ਛੱਤਾਂ ਉੱਪਰ ਫੋਰਸ ਬੈਠ ਗਈ ਤਾਂ ਜੋ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਏ ਸਾਰੇ ਸਿੱਖਾਂ ਅਤੇ ਪੰਜਾਬੀਆਂ ਨੂੰ ਨਿਸ਼ਾਨੇ 'ਤੇ ਲਿਆ ਜਾ ਸਕੇ। ਛੱਤਾਂ ਦੇ ਉੱਤੋਂ ਹੀ ਫੌਜ ਵੱਲੋਂ ਏਅਰ ਗੈਸ ਅਤੇ ਹੋਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਜਿਹੜੇ ਬਾਹਰ ਸਨ ਉਹਨਾਂ ਉੱਤੇ ਡਾਂਗਾਂ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸੈਂਕੜੇ ਸਿੰਘ ਜ਼ਖਮੀ ਹੁੰਦੇ ਗਏ, ਸੈਂਕੜੇ ਸ਼ਹੀਦੀਆਂ ਪਾਉਂਦੇ ਗਏ, ਪਰ ਪੰਜਾਬੀ ਸੂਬਾ ਜਿੰਦਾਬਾਦ ਦਾ ਨਾਰਾ ਬੁਲੰਦ ਆਵਾਜ਼ ਵਿੱਚ ਗੂੰਜਦਾ ਰਿਹਾ। ਉਸ ਸਮੇਂ ਫੌਜ ਦੀਆਂ ਗੋਲੀਆਂ ਦੇ ਨਿਸ਼ਾਨ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਾਫ਼ ਸਾਫ਼ ਨਜ਼ਰ ਆ ਰਹੇ ਸਨ। ਉਸ ਸਮੇਂ ਇਕੱਲੇ ਦਰਬਾਰ ਸਾਹਿਬ ਉੱਤੇ ਹੀ ਨਹੀਂ ਬਲਕਿ ਬਾਬਾ ਅਟਲ ਰਾਏ ਅਤੇ ਕੌਲਸਰ ਉੱਤੇ ਵੀ ਧਾਵਾ ਬੋਲਿਆ ਗਿਆ ਸੀ।
हजारों की गिणती में उस समय गिरफ्तारियां की गई सैकड़े मारे जा चुके सन। इस कतलेआम तो बाद हालात इन्ने बिगड़ गए सन कि पूरे पंजाबी सूबे की लहर फैल गई सी। थां थां उत्ते पंजाबियों वालों बगावतां शुरू कर दित्तियां गईयां सन। आखिर इन्ना विद्रोह वेख के 12 जुलाई नूं फौज दरबार साहब तो पिछे हट गई ते उस समय ही सरकार वालों पंजाबी सूबा जिंदाबाद के नारे उत्ते लगाई गई रोक भी हटा दित्ती गई। इस तरह शहादत दे के मोर्चा फतेह किया गया। 14 अक्तूबर नूं पंजाब का मुख्यमंत्री भीम सैन सचर दीवान हाल मंजी साहब विच माफ़ी मंगण आया जो नहरू नूं नागवार लगी अते उसने भीम सैन नूं मुख्यमंत्री अहुदे तो ही बर्खास्त कर दिता सी। इस तरह नहरू परिवार वालों सिख नसलकुशी की शुरुआत 1955 ही कर दिती गई सी जिसने 1984 आके कई सिख परिवार ही खत्म कर दिते सन। सो दोस्तों वीडियो पूरी देखने लई तुहाडा धन्नवाद। अते इस तरह दी होर वीडियो देखने लई पेज नूं फॉलो अते शेयर जरूर कर दिओ। वाहिगुरू जी का खालसा वाहिगुरू जी की फतेह।